ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਨਗਰ ਨਿਗਮ ਕਪੂਰਥਲਾ ਵੱਲੋਂ ਸਵੱਛਤਾ ਮਾਰਚ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਾਵਾ ਲਾਲਪਾਨੀ ਪਬਲਿਕ ਸਕੂਲ MGN ਅਤੇ ਪ੍ਰੀਤਾ ਲੀ ਲੈਸਨ ਸਕੂਲ ਦੇ ਸੈਂਕੜੇ ਬੱਚਿਆਂ ਦੇ ਵੱਲੋਂ ਹਿੱਸਾ ਲਿਆ ਗਿਆ। ਸਕੂਲ ਦੇ ਬੱਚਿਆਂ ਦੇ ਵੱਲੋਂ ਮਹਾਤਮਾ ਗਾਂਧੀ ਜੀ ਤਰ੍ਹਾਂ ਪੋਸ਼ਾਕ ਪਾ ਕੇ ਪੋਸਟ ਆਫਿਸ ਰੋਡ ਤੋਂ ਗੋਲ ਕੋਠੀ ਤੱਕ ਸਵੱਛਤਾ ਮਾਰਚ ਕੀਤਾ ਗਿਆ ਅਤੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਫਾਈ ਰੱਖਣ ਦੇ ਲਈ ਪ੍ਰੇਰਿਤ ਕੀਤਾ ਗਿਆ। ਕੀ ਨਾਮ ਹੈ ਆਪਕਾ? कौन से स्कूल से? हाँ जी, पब्लिक स्कूल से पूछ लो। बेटा आज आप जो मार्च निकाल रहे हो, आपको पता है किस लिए मार्च निकाल रहे हो? हाँ जी। किस लिए? हम ये महात्मा गांधी जी ने देश के लिए मार्च दांडी मार्च निकाली थी और देश को स्वच्छ रखने के लिए आज हम ये स्वच्छ अभियान के लिए दांडी मार्च। बेटा पका? माय नेम इज अभिनव चुनलेजा। कौन सी क्लास से? आई एम फ्रॉम फॉर्म फोर्थ बेस्ट क्लास। कौन से स्कूल से हो? माय स्कूल नेम इज बाबा लालवानी पब्लिक स्कूल कपूरथला। कैसे लगता है बेटे जो आप जे रोड मार्च कर रहे हो? सफाई के लिए क्या आपके स्कूल में कोई शिक्षा दी जाती है? सफाई संबंधी क्या दी जाती है? टीचर गिव इंस्ट्रक्शन ऑफ महात्मा गांधी एंड भगवान सिंह मान। मैं आपका अर्षित कुमार। कौन से स्कूल से? पीतल्ले। सर बेटा कैसे लगता है जैसे कि जो सफाई अभियान प्रशासन द्वारा चलाया जाता है, आप उसमें मार्च भी कह लो कि रोड मार्च में भी आए हो, कैसे लगता है ऐसे प्रोग्राम? बड़ा अच्छा लगता है, इससे ना हमें हमारी नॉलेज भी इंक्रीज होती है, हमें बहुत कुछ पता लगता है इसके बारे में। और जैसे बड़े होके कई लोग जो है जैसे साफ सफाई करवाते हैं और हम भी बड़े होकर साफ सफाई करके अपने देश को स्वच्छ बना सकते हैं। स्कूल में आपको इस संबंधी कोई शिक्षा मिलती है? क्या मिलती है शिक्षा? हमें बहुत शिक्षा मिलती है कि हमें मतलब जो साफ सफाई हमें कहीं भी गंदगी नहीं फैलानी चाहिए और हमें अपने जो देश है हमें उसको साफ सफाई रखनी चाहिए हर जगह जहाँ भी। आज आप दूसरे बच्चों को क्या मैसेज देना चाहूँगी? मैं मैसेज देना चाहता हूँ कि हमें सफाई हमें अपने आसपास सफाई रखनी चाहिए, हमें जो है हमें जैसे जो साफ सफाई बने आते हैं उन्हें हमें मतलब रिस्पेक्ट देना चाहिए, डिसरिस्पेक्ट से नहीं देना चाहिए। बड़े ही नवेकले अंदाज दे विच बच्चों ने अपने शहर को साफ सुथरा रखने लिए संदेश दिता है। ਅੱਜ ਦੋ ਤਿੰਨ ਸਕੂਲ ਦੇ ਜਿਹੜੇ ਕਿ ਮੇਜਰ ਸਕੂਲਸ ਹੈਗੇ ਆ ਇਸ ਸਿਟੀ ਦੇ, ਉਹਨਾਂ ਦੇ ਬੱਚਿਆਂ ਨੇ ਗਾਂਧੀ ਦੀ ਪੋਸ਼ਾਕ ਦੇ ਵਿੱਚ ਗਾਂਧੀ ਬਣ ਕੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਆਪਣਾ ਏਰੀਆ ਔਰ ਆਪਣਾ ਆਸ ਪਾਸ ਦਾ ਸਾਰਾ ਜਿਹੜਾ ਹੈਗਾ ਸਾਫ਼ ਸੁਥਰਾ ਰੱਖਿਆ ਜਾਵੇ। ਮਹਾਤਮਾ ਗਾਂਧੀ ਜੀ ਦੇ ਨਾਮ 'ਤੇ 2014 ਦੇ ਵਿੱਚ ਸਵੱਛ ਭਾਰਤ ਮਿਸ਼ਨ ਸਟਾਰਟ ਹੋਇਆ ਸੀ, ਉਹਦੇ ਹੀ ਤਹਿਤ ਅੱਜ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ ਔਰ ਸਵੱਛਤਾ ਹੀ ਸੇਵਾ ਦਾ ਸੰਦੇਸ਼ ਦਿੰਦੇ ਹੋਏ ਅਸੀਂ ਇਹ ਕਾਰਜਕ੍ਰਮ ਅੱਗੇ ਆਉਣ ਵਾਲੇ ਦਿਨਾਂ ਵਿੱਚ ਵੀ ਕਰਦੇ ਰਹੋ। ਅਕਤੂਬਰ ਨੂੰ ਇੱਕ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਣਾ ਹੈ ਪੂਰੇ ਸ਼ਹਿਰ ਦੇ ਵਿੱਚ, ਅਸੀਂ ਪੂਰੇ ਵਾਰਡ ਦੇ ਵਿੱਚ ਸਵੱਛਤਾ ਦਾ ਸੰਦੇਸ਼ਾ ਜਿਹੜਾ ਦੇਣਾ ਹੈਗਾ, ਇੱਕ ਤਾਰੀਖ ਇੱਕ ਘੰਟਾ ਔਰ ਇੱਕ ਸਾਥ, ਜਿਹਦੇ ਵਿੱਚ ਕਿ ਸ਼੍ਰਮਦਾਨ ਜਿਹੜਾ ਹੈਗਾ 10 ਤੋਂ ਲੈ ਕੇ 11 ਵਜੇ ਤੱਕ ਇੱਕ ਘੰਟਾ ਸੰਡੇ ਨੂੰ। ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆ ਕੇ ਸਫਾਈ ਅਭਿਆਨ ਦੇ ਵਿੱਚ ਜਿਹੜਾ ਹੈਗਾ ਆਪਣਾ ਸਾਥ ਦੇਣ ਔਰ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ। After that, the cleanliness program, the campaign that is started by the Punjab government. So we are going to
ਮੋਸਟ ਕਲੀਨੈਸ ਦੀ ਤਰਫ ਬੱਚੇ ਕੋ ਜਾ ਕਰਾਉਣਾ ਹੈ ਕਿਉਂਕਿ ਆਪਣੇ ਬੱਚੇ ਕੋ ਅਵੇਅਰ ਕਰਨਾ ਹੈ ਹਾਊ ਟੂ ਕਲੀਨ ਕਲੀਨ ਕਰਾਉਣਾ। ਸਰ ਚਲੋ ਪ੍ਰਸ਼ਾਸਨ ਵੀ ਉਪਰਾਲੇ ਕਰਦਾ ਵਾ ਕਿ ਬੱਚਿਆਂ ਨੂੰ ਅਵੇਅਰਨੈਸ ਕੀਤਾ ਜਾਵੇ ਸਫਾਈ ਪ੍ਰਤੀ, ਤਾਂ ਕੀ ਸਕੂਲ ਵਿੱਚ ਵੀ ਇੱਧਰ ਕੋਈ ਮਤਲਬ ਕਿ ਬੱਚਿਆਂ ਨੂੰ ਗਾਈਡੈਂਸ ਦਿੱਤੀ ਜਾਂਦੀ ਹੈ? ਸਰ ਤੁਸੀਂ ਬੱਚਿਆਂ ਨੂੰ ਕੀ ਮੈਸੇਜ ਕੋਈ ਕਨਵੇ ਕਰਨਾ ਚਾਹੋਗੇ? ਬੱਚਿਆਂ ਨੂੰ ਇਹ ਮੈਸੇਜ ਹੈ ਕਿ ਜੋ ਕਲੀਨ ਹੈ ਜੋ ਸਫਾਈ ਹੈ ਇਹ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡਾ ਸਰਾਊਂਡਿੰਗ ਸਾਫ ਹੈ, ਸਾਡਾ ਮਨ ਸਾਫ ਹੈ। ਜਿਹੜਾ ਭਾਰਤ ਸਰਕਾਰ ਵੱਲੋਂ ਸਫਾਈ ਅਭਿਆਨ ਜਿਹੜਾ ਸ਼ੁਰੂ ਕੀਤਾ ਗਿਆ, ਇਹ ਸਰਕਾਰ ਦੀ ਮੂਵਮੈਂਟ ਨੂੰ ਕਿੱਦਾਂ ਦੇਖਦੇ ਤੁਸੀਂ? ਬਹੁਤ ਅੱਛਾ ਗੱਲ ਹੈ। ਆਈ ਵਿਸ਼ ਕਿ ਇੱਦਾਂ ਦੇ ਹੋਰ ਉਪਰਾਲੇ ਵੀ ਗਵਰਨਮੈਂਟ ਨੂੰ ਕੰਟੀਨਿਊਸਲੀ ਕਰਨੇ ਚਾਹੀਦੇ ਆ। ਬੱਚਿਆਂ ਨੂੰ ਅਵੇਅਰ ਕਰਨਾ ਚਾਹੀਦਾ ਵੀ ਆਪਦਾ ਬਿਲਡਰ ਦੇ ਸਕੇ ਬੱਚੇ ਨਾ, ਬੱਚਿਆਂ ਨੂੰ ਜ਼ਰੂਰ ਮੋਟੀਵੇਟ ਕਰਨਾ ਚਾਹੀਦਾ, ਅਵੇਅਰ ਕਰਨਾ ਚਾਹੀਦਾ ਸਾਰੇ ਸਟੋਰ।